अज जिहड़ा धरना है डीसीपी दफ्तर के बाहर असी लाया वा ये कोई खुशी ना नहीं लाया। कल बाबा साहब अंबेडकर का जन्मदिन सी और सारे ही समाज उत्थे जन्मदिन नूं मना रहा ही, बड़िया खुशियां भरिया दिन सी साडा कल वा, जिन्हां ने संविधान नूं लागू किया, जिन्हां ने अज भारत देश दे विच अच्छी अच्छी समाज दे एक अच्छी दिशा दिखाई, जिन्हां ने अपने चार बच्चे वार के ते सानूं अज हक का अधिकार दिता। आर्टिकल 19 दे मुताबिक साडा जो राइट बनता सी असी वो अपने मंग राइट मंगना आ रहे हैं। सो अज मनी गिल नूं ते उहदे साथियों नूं जिहड़ा पुलिस प्रशासन ने कल भंडारी पुल तो चुकया, बड़े निंदन योग आ जो बाबा साहब अंबेडकर का जन्म दिहाड़ा वो मना रहे सी भंडारी पुल दे उत्ते, ते उहनूं अज अलग अलग मतलब कि पुलिस नूं मतलब कि दिखाया दर्शाया जा रहा है कि यह बंदा कितने उत्ते धरना ला रहा है। नैवर इहो जी कोई गल नहीं हैगी सी, सिर्फ टेंट ही शांतिपूर्वक उत्ते काम होण लगा सी, पुलिस ने इहदे उत्ते 57 करके और दूसरे साथियों के उत्ते इत्थों तक कि प्रेस मीडिया के भी बंदे जिहड़े आ वह भी पुलिस ने चुक के अंदर किए हुए आ। ठीक है जी, अज जे साडा प्रशासन जे साडे ना कहना मनेगा, जिहड़े लोग हकां वास्ते सरकारां को आंदे या प्रशासन को आंदे आ, जे उन्हां ही जिम्मेवारां बंदियां नूं तुसीं अंदर कर दोगे तो आम जनता का तुसीं की हाल कर दोगे। तो इस करके अं चाहते हैं कि मनी गिल नूं रिहा किया जाए, उहदे साथियों नूं रिहा किया जाए, जिहड़े साडे प्रेस मीडिया के जिहड़े वीर भी आ उहनां नूं भी रिहा किया जाए। अगर जे नहीं तो आपां इत्थे ਭਾਵੇਂ ਸਾਨੂੰ ਲੰਮੇ ਸਮੇਂ ਤੱਕ ਇੱਥੇ ਬਾਹਰ ਬਹਿਣਾ ਪਵੇ ਅਸੀਂ ਬਵਾਂਗੇ, ਜਿੰਨਾ ਚਿਰ ਉਹ ਬੰਦੇ ਰਿਹਾ ਨਹੀਂ ਹੁੰਦੇ। ਪ੍ਰਸ਼ਾਸਨ ਆ ਜੀ, ਦੇਖੋ ਇਹ ਹੱਲੇ ਤਾਂ ਫਿਲਹਾਲ ਆਸ਼ਵਾਸਨ ਦੇ ਰਹੇ ਆ ਆਪਣੇ SHO ਸਾਹਿਬ, ਮੈਂ ਕਿਹਾ ਨਹੀਂ ਸਰ ਭੰਡਾਲ ਸਰ ਆਣ, ਇਹ ਕੋਈ ਐਡਾ ਵੱਡਾ ਪਰਚਾ ਨਹੀਂ ਹੈ ਜਿਹੜਾ ਤੁਸੀਂ ਉਸ ਨੂੰ ਨਜ਼ਰਬੰਦ ਵੀ ਕਰ ਸਕਦੇ ਹਾਂ ਆਪਾਂ। ਠੀਕ ਹੈ ਜੀ, ਜੇ ਆਪਾਂ ਕੋਈ ਇਹੋ ਜਿਹੀ ਗੱਲ ਸੀ ਨਾ, ਪੁਲਿਸ ਨਜ਼ਰਬੰਦ ਕਰਦੀ ਨਹੀਂ ਹੈ ਸਾਨੂੰ, ਪਹਿਲਾਂ ਵੀ ਤਾਂ ਕਰਦੀ ਸੀ, ਪੁਲਿਸ ਨਜ਼ਰਬੰਦ ਕਰਦੀ 2-4 ਘੰਟੇ ਥਾਣੇ ਪਾ ਲੈਂਦੀ, ਇਹਦਾ ਮਤਲਬ ਇਹ ਥੋੜ੍ਹਾ ਕਿ ਤੁਸੀਂ ਉਹਦੇ ਦੇ ਵਿੱਚ 1/2 ਘੰਟੇ ਦੇ ਵਿੱਚ ਤੁਸੀਂ ਉਹਦੇ 'ਤੇ ਪਰਚਾ ਦਰਜ ਕਰ ਦਿੰਦੇ ਜੇ। ਸਾਡੇ ਸਮਾਜ ਦੀ ਕੋਈ ਇਹੋ ਜਿਹੀ ਕੋਈ ਦਿੱਕਤ ਹੁੰਦੀ ਆ, ਅਸੀਂ ਜਦੋਂ ਲੈ ਕੇ ਆਉਂਦੇ ਹਾਂ ਸਾਡੇ ਸਮਾਜ ਦੀ ਤਾਂ ਕੋਈ ਸੁਣਵਾਈ ਨਹੀਂ ਜਲਦੀ ਹੁੰਦੀ, ਸਾਨੂੰ ਵਾਧੋ ਕਿਹਾ ਜਾਂਦਾ ਲਓ ਜੀ ਇਹਦੇ ਉੱਤੇ ਵਾਧੋ ਜੀ ਲਈ ਆਪਾਂ ਦੇਖਾਂਗੇ ਜੀ ਇਹਦੀ ਇਨਕੁਆਇਰੀ ਕਰਾਂਗੇ ਜੀ, ਇਨਕੁਆਇਰੀ ਕਰਦੇ ਕਰਦੇ 6-6 ਮਹੀਨੇ ਲਗਾ ਦਿੰਦੇ ਆ। ਅਤੇ ਅੱਜ ਸਾਡੇ ਹੀ ਸਮਾਜ ਦੇ ਧੀਆਂ ਪੁੱਤਰਾਂ ਨੂੰ ਚੁੱਕ ਕੇ ਅੰਦਰ ਕੀਤਾ ਜਾ ਰਿਹਾ ਵਾ, ਇਹ ਸਾਡੇ ਨਾਲ ਸਰਾਸਰ ਧੱਕੇਸ਼ਾਹੀ ਹੋ ਰਹੀ ਆ। ਤਾਂ ਜੀ ਇਹ ਕੱਲ੍ਹ ਸਾਡੇ ਪ੍ਰਧਾਨ ਮਨੀ ਗਿੱਲ 'ਤੇ ਜਿਹੜਾ ਪੁਲਿਸ ਵੱਲੋਂ ਇੱਕ ਝੂਠਾ ਹੀ ਪਰਚਾ ਪਾ ਕੇ ਅਤੇ ਉਹਨੂੰ ਜ਼ਿਲ੍ਹੇ ਭੇਜਿਆ ਗਿਆ, ਉਸ ਸੰਬੰਧ ਦੇ ਵਿੱਚ ਆਪਾਂ ਭੰਡਾਲ ਸਾਹਿਬ ਦੇ ਦਫ਼ਤਰ ਦੇ ਬਾਹਰ ਇੱਕ ਧਰਨਾ ਲਾ ਕੇ ਬੈਠੇ ਹਾਂ ਵੀ ਉਹਨੂੰ ਰਿਹਾ ਕੀਤਾ ਜਾਵੇ, ਸਾਡੀ ਇਹ ਮੰਗ ਹੈ ਜੀ। ਕਿਹਦੇ ਸੰਬੰਧ 'ਚ ਗੱਲ ਗ੍ਰਿਫਤਾਰ ਕੀਤੀ ਇਹ ਜੀ? ਉਹ ਇੱਕ ਬਾਬਾ ਸਾਹਿਬ ਦਾ ਕੱਲ੍ਹ ਜਨਮਦਿਨ ਸੀ, ਉਹ ਟੰਟ ਲੱਗੇ ਸੀ, ਇਹਦੇ ਸੰਬੰਧ ਵਿੱਚ ਹੀ ਉਹਨਾਂ ਪ੍ਰਸ਼ਾਸਨ ਨੂੰ ਕਿਹਾ ਵੀ ਇੱਥੇ ਆਪਾਂ ਬਾਬਾ ਸਾਹਿਬ ਦਾ ਜਨਮਦਿਨ ਮਨਾਉਣਾ ਅਤੇ ਤੁਸੀਂ ਟੰਟ ਟੁੱਟ ਲਾ, ਅਤੇ ਇਹਦੇ ਸੰਬੰਧ ਵਿੱਚ ਹੀ ਉਹਨਾਂ ਦੇ 57 ਦਾ ਜਿਹੜਾ ਪਰਚਾ ਕੀਤਾ ਜੀ। ਚਲੋ ਜੀ, ਬਾਬਾ ਸਾਹਿਬ ਦਾ ਕੱਲ੍ਹ ਪੂਰੇ ਦੇਸ਼ ਵਿੱਚ ਹੀ ਜਿਹੜਾ ਜਨਮ ਦਿਹਾੜਾ ਮਨਾਇਆ ਗਿਆ, ਸੰਵਿਧਾਨ ਦੇ ਮਾਧਿਅਮ ਨਾਲ ਅੱਗੇ ਮਨਾਉਂਦੇ ਆ, ਜਿੱਥੇ ਜਿੱਥੇ ਲੋਕਾਂ ਨੂੰ ਸਮਾਂ ਮਿਲਦਾ ਜਾਂ ਜਿੱਥੇ ਜਿੱਥੇ ਵੀ ਜਗ੍ਹਾ ਆਉਂਦੀ ਉੱਥੇ ਉੱਥੇ ਮਨਾਇਆ ਜਾਂਦਾ। ਅਤੇ ਪੁਲਿਸ ਨੇ ਇੱਕ ਸ਼ੰਤਰ ਦੇ ਤਹਿਤ ਹੀ ਇਹ ਪਰਚਾ ਕੀਤਾ ਵੀ ਦਲਤਾਂ ਦੇ ਜਿਹੜਾ ਪਰਚਾ ਕਰਕੇ ਇੱਕ ਨਵਾਂ ਹੀ ਲੀਲਾ ਪਾਤੀ ਵੀ ਬਾਬਾ ਸਾਹਿਬ ਦੇ ਜਨਮਦਿਨ ਵਾਲੇ ਦਿਨ ਹੀ ਇਹ ਪਰਚਾ ਕੀਤਾ ਗਿਆ ਜੀ। ਹੁਣ ਤਾਂ ਅਸੀਂ ਮੰਗ ਕਰਦੇ ਹਾਂ ਕਿ ਮਨੀ ਗਿੱਲ ਨੂੰ ਰਿਹਾ ਕੀਤਾ ਜਾਵੇ, ਜੋ ਇਨਸਾਫ ਮਿਲ ਸਕੇ।